ਲੱਛਣ ਹੈ ਉਹ ਤਿਆਰ ਕਰਨਾ ਚਾਹੀਦਾ ਹੈ ਤੇ ਜਲਦੀ ਝੰਡੇ ਵੈਲ ਛਪਣੇ ਚਾਹੀਦੇ ਆ ਤਾਂ ਕਿ ਆਪਾਂ ਕਿਸਾਨ ਸਟੇਟ ਦੀ ਜਿਹੜੀ ਕਮੇਟੀ ਹੈ ਉਹ ਲਾਂਚ ਹੋ ਐਂ ਨਹੀਂ ਹੈਗਾ ਵੀ ਆਪਾਂ ਵੱਡਾ ਇਕੱਠ ਕਰਤਾ ਮਨਜੀਤ ਨੂੰ ਜਸਵਿੰਦਰ ਨੂੰ ਜਾਂ ਦਲਬਾਗ ਨੂੰ ਜਾਂ ਲੰਗ ਸਾਹਿਬ ਹੋਰ ਸਾਥੀ ਬੈਠੇ ਆ ਬਜੂ ਮਾਜਰਾ ਸਾਹਿਬ ਬੰਦਾ ਤੁਸੀਂ ਪਹੁੰਚੇ ਹੋ ਇਹ ਮੀਟਿੰਗ ਕਰਨ ਦਾ ਮੁੱਖ ਮਕਸਦ ਆਪਣਾ ਇਹੋ ਹੈ ਕਿ ਕਾਫੀ ਸਮਾਂ ਪਹਿਲਾਂ ਤੁਸੀਂ ਸਾਰਿਆਂ ਨੇ ਇਸ ਗੱਲ ਤੋਂ ਜਾਣੂ ਹੋ ਪ੍ਰਚਾਰ ਸੁਣ ਚੁੱਕੇ ਹੋ ਜਿਹੜੀਆਂ ਆਪਾਂ ਜ਼ਿਲ੍ਹਿਆਂ ਵਾਈਜ਼ ਮੀਟਿੰਗਾਂ ਕਰਕੇ ਰਿਪੋਰਟਾਂ ਹਾਸਲ ਕੀਤੀਆਂ ਸੀ ਵੀ ਆਪਾਂ ਨਵਾਂ ਸੰਗਠਨ ਬਣਾਈਏ ਜਾਂ ਕਿਸੇ ਜਥੇਬੰਦੀ ਨਾਲ ਸਾਂਝ ਪਾ ਕੇ ਚੱਲੀਏ ਉਹ ਰਿਪੋਰਟਾਂ ਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਫ਼ ਆ ਗਈ ਸੀ ਕਿ ਨਵਾਂ ਸੰਗਠਨ ਬਣਾਇਆ ਜਾਵੇ ਆਪਣੇ ਦਮ 'ਤੇ ਸੰਘਰਸ਼ ਕਰਨ ਲਈ ਮੈਦਾਨ 'ਚ ਆਓ ਤਾਂ ਉਹ ਤਿੰਨ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਤੋਂ ਬਾਅਦ ਇੰਨਾ ਜਾਣੀ ਲੋਕਾਂ ਦੀ ਮੰਗ 'ਤੇ ਇੰਨਾ ਪਿਆਰ ਮਿਲਿਆ ਕਿ ਜਲਦੀ ਝੰਡੇ 'ਤੇ ਬਹਿ ਸਾਡੇ ਤੱਕ ਪਹੁੰਚਾਓ ਉਹ ਸਾਰੀਆਂ ਲੋੜਾਂ ਨੂੰ ਪੂਰੇ ਕਰਨ ਵਾਸਤੇ ਛੋਟੀ ਕਮੇਟੀ ਨੇ ਸਾਰਾ ਕੁਝ ਫਾਈਨਲ ਕਰ ਲਿਆ ਯਾਨੀ ਸਿਰਫ ਐਲਾਨ ਹੋਣਾ ਬਾਕੀ ਰਹਿੰਦਾ ਸੀ ਆਪਣੀ ਨਵੀਂ ਜਥੇਬੰਦੀ ਦਾ ਨਵੇਂ ਸੰਗਠਨ ਦਾ ਉਹ ਐਲਾਨ ਕਰਨ ਲਈ ਆਪਾਂ ਜਿਹੜਾ ਦਿਨ ਹੈ ਅੱਜ ਦੀ ਮੀਟਿੰਗ ਦੇ ਵਿੱਚ ਆਪਾਂ ਤੈਅ ਕਰ ਰਹੇ ਹਾਂ ਉਹ ਲਗਭਗ ਤੁਹਾਡੀ ਸਹਿਮਤੀ ਸਾਰਿਆਂ ਦੀ ਆ ਚੁੱਕੀ ਹੈ ਉੱਥੋਂ ਮੈਂ ਸਾਰਿਆਂ ਤੋਂ ਦੁਬਾਰਾ ਹੱਥ ਖੜ੍ਹੇ ਕਰਵਾ ਕੇ ਉਸ ਦਿਨ ਲਈ ਮਾਨਤਾ ਲੈਣੀ ਚਾਹੁੰਦਾ ਕਿ 11 ਫਰਵਰੀ ਦਿਨ ਪਿੰਡ ਲੌਂਗੋਵਾਲ ਦਾਣਾ ਮੰਡੀ ਆਪਾਂ ਕਿਉਂਕਿ ਉਗਰਾਹਾਂ ਜਥੇਬੰਦੀ ਨੇ ਭਾਵੇਂ ਸਾਡੇ 'ਤੇ ਕਾਰਵਾਈ ਕਰਤੀ ਸੀ ਉਸ ਦੇ ਰੋਸ ਵਜੋਂ ਬਹੁਤ ਸਾਰੇ ਸਾਥੀਆਂ ਨੇ ਅਸਤੀਫੇ ਵੀ ਦਿੱਤੇ ਅਤੇ ਫਿਰ ਅਸੀਂ ਨੇ ਫੈਸਲਾ ਕੀਤਾ ਸੀ ਵੀ ਵੱਖ ਵੱਖ ਜ਼ਿਲ੍ਹਿਆਂ 'ਚ ਜਾਈਏ ਉਹਨਾਂ ਤੋਂ ਰਾਏ ਜਾਣੀ ਹੈ ਲੋਕਾਂ ਤੋਂ ਲੋਕ ਕੀ ਚਾਹੁੰਦੇ ਹਨ ਲੋਕਾਂ ਦੀ ਰਾਏ ਨਿਕਲੀ ਸੀ ਵੀ ਨਵਾਂ ਸੰਗਠਨ ਹੈ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਲਾਂਚ ਕਰੋ ਤਕੜੇ ਹੋਵੋ ਲੜੋ ਅਸੀਂ ਤੁਹਾਡੇ ਨਾਲ ਅਤੇ ਉਸ ਦੀ ਤਿਆਰੀ ਵਜੋਂ ਅਸੀਂ ਅੱਜ ਸਰਗਰਮ ਆਗੂਆਂ ਦੀ ਤਿੰਨ ਜ਼ਿਲ੍ਹਿਆਂ ਦੀ ਮਲੇਰਕੋਟਲਾ ਸੰਗਰੂਰ ਪਟਿਆਲਾ ਇੱਥੇ ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਮੀਟਿੰਗ ਸੱਦੀ ਹੈ ਅਤੇ ਵਿਉਂਤਬੰਦੀ ਬਣਾ ਲਈ ਹੈ ਨਵਾਂ ਸੰਗਠਨ ਅਸੀਂ 11 ਤਰੀਕ ਨੂੰ 11 ਫਰਵਰੀ ਨੂੰ ਲੌਂਗੋਵਾਲ ਦੀ ਸ਼ਹੀਦਾਂ ਦੀ ਧਰਤੀ ਤੋਂ ਲਾਂਚ ਕਰਾਂਗੇ ਸਥਾਪਨਾ ਕਰਾਂਗੇ ਨਵੀਂ ਯੂਨੀਅਨ ਦੀ ਜਿਹਦਾ ਉਸ ਦਿਨ ਨਵਾਂ ਝੰਡਾ ਨਵਾਂ ਬੈਜ ਅਤੇ ਨਾਂ ਉਸ ਦਿਨ ਲਾਂਚ ਕੀਤਾ ਜਾਏਗਾ ਪੇਜ ਲਾਂਚ ਕੀਤਾ ਜਾਏਗਾ ਉਹਦੀਆਂ ਜਿਹੜੀਆਂ ਪ੍ਰਬੰਧਾਂ ਸੰਬੰਧੀ ਤਿਆਰੀਆਂ ਹੈ ਉਹ ਲਗਭਗ ਮੁਕੰਮਲ ਹੋ ਗਈਆਂ ਨੇ ਕਿਉਂਕਿ ਝੰਡੇ ਬੈਜ ਨੂੰ ਤਿਆਰ ਕਰਵਾਉਣ ਵਾਲੀਆਂ ਟੀਮਾਂ ਲਾ ਦਿੱਤੀਆਂ ਗਈਆਂ ਨੇ